हाँ जी, वाहेगुरु जी का खालसा, वाहेगुरु जी की फतेह। साडे नाल सरदार रणजीत सिंह जी ने, जिहड़े राजस्थान तो आए ने, राजस्थान दे विच जिहड़े किसानां दे वास्ते जिहड़े संघर्ष कर रहे ने, और राजस्थान तो चल के अज यूपी पहुंचे ने, दिल्ली लंघ के पंजाब लंघ के अज यूपी पहुंचे ने, क्योंकि हर किसान दे मन दे विच इक दर्द आ कि जिहड़ा साडे दे नाल धक्का हो रहा वा पूरे भारत दे विच, असीं उहदे वास्ते संघर्ष करिए। ते मैं सरदार रणजीत सिंह नाल गलबात करांगा, जानना चाहांगा सरदार रणजीत सिंह जी, भी राजस्थान तो तुसीं चल के आए हो, किहड़ी चीज़ सी जिहड़ी तुहानूं खिच के यूपी तक लाई? 3 तरीक नूं लखीमपुर खीरी विच घटना वापरी, इक मोर्चे दी सब तो ज्यादा दुखांत घटना सीगी, जिहदे विच 4 किसान ते 1 पत्रकार भरा 5 शहीद हो गए। ते 4 साढ़े सूरमे जेलां 'च बंद है। ਉਹ ਜੇਲ੍ਹਾਂ 'ਚ ਬੰਦ ਕਿਉਂ ਆ? ਕਿਉਂਕਿ ਜਿਹੜੇ ਅਜੇ ਮਿਸ਼ਰ ਟੈਣੀ ਦੇ ਮੁੰਡੇ ਨੇ ਜੀ ਫਿਰ ਦਰੜ ਕੇ ਸਾਡੇ ਕਿਸਾਨ ਭਰਾ ਸ਼ਹੀਦ ਕਰਦੇ ਸੀਗੇ, ਉਹਨਾਂ ਦਾ ਬਦਲਾ ਖੜੇ ਪੈਰ ਉਹਨਾਂ 4 ਯੋਧਿਆਂ ਨੇ ਲਿਆ, 4 ਸੂਰਮਿਆਂ ਨੇ ਲਿਆ। ਪਰ ਦੁੱਖ ਵਾਲੀ ਗੱਲ ਇਹ ਆ ਵੀ 10 ਮਹੀਨੇ ਹੋ ਗਏ, ਹਜੇ ਤੱਕ ਉਹ ਯੋਧੇ ਜੇਲ੍ਹ ਵਿੱਚ ਹੀ ਆ। ਕੱਲ ਮਿਲ ਕੇ ਆਏ ਆ ਯੋਧੇ ਚੜ੍ਹਦੀ ਕਲਾ 'ਚ ਹੈ, ਅਤੇ ਇਹਨਾਂ ਯੋਧਿਆਂ ਦਾ ਕਰਜ਼ ਪ੍ਰਤੇਕ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ 'ਤੇ ਅਤੇ ਪ੍ਰਤੇਕ ਕਿਸਾਨ 'ਤੇ ਆ। ਇਸ ਕਰਕੇ ਜਿੰਨਾ ਚਿਰ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਜੇਲ੍ਹ 'ਚੋਂ ਬਾਹਰ ਨਹੀਂ ਆਉਂਦੇ, ਜਿਹੜੇ ਵੀ ਲੀਡਰ ਹੈ ਸੰਯੁਕਤ ਕਿਸਾਨ ਮੋਰਚਾ ਦੇ, ਮੇਰਾ ਦਿਲ ਨਹੀਂ ਮੰਨਦਾ, ਕਿਉਂਕਿ ਆਰਾਮ ਨਾਲ ਘਰੇ ਵੱਜਣਗੇ। ਉਹ ਰਾਜਸਥਾਨ ਹੈ, ਉਹ ਮੱਧ ਪ੍ਰਦੇਸ਼ ਹੈ, ਉਹ ਮਹਾਰਾਸ਼ਟਰ ਹੈ, ਇਹਨਾਂ ਨੂੰ ਛਡਾਉਣਾ ਸਾਡੀ ਸਭ ਤੋਂ ਪਹਿਲੀ ਪ੍ਰਾਇਰਟੀ ਹੈ। ਅਤੇ 6 ਤਰੀਕ ਨੂੰ ਅੱਗੇ ਮੀਟਿੰਗ ਦਿੱਲੀ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਦੀ, ਉਸ ਮੀਟਿੰਗ ਵਿੱਚ ਪਹਿਲਾ ਏਜੰਡਾ ਇਹ ਲੱਗਣਾ ਹੈ ਵੀ ਇਹਨਾਂ ਯੋਧੇ ਨੂੰ ਬਾਹਰ ਕਢਾਉਣ ਵਾਸਤੇ ਆਪਾਂ ਅੱਗੇ ਲਿਆ ਕਦਮ ਕੀ ਚੱਕਣਾ ਹੈ, ਕੀ ਚੱਕਣਾ ਹੈ। ਤੁਹਾਡੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਮੀਟਿੰਗਾਂ ਦਾ ਦੌਰ ਚੱਲ ਰਿਹਾ, ਲਗਾਤਾਰ ਹੀ ਚੱਲ ਰਿਹਾ, ਕਿਉਂਕਿ ਪ੍ਰਸ਼ਾਸਨ ਵੀ ਇੱਥੋਂ ਦਾ ਪ੍ਰੈਸ਼ਰ ਦੇ ਵਿੱਚ ਆ, ਉਹਨਾਂ ਨੂੰ ਆਸ ਨਹੀਂ ਸੀ ਪ੍ਰਸ਼ਾਸਨ ਨੂੰ ਜਾਂ ਯੂਪੀ ਸਰਕਾਰ ਨੂੰ ਕਿ ਇੰਨਾ ਤਗੜਾ ਇਕੱਠ ਜਿਹੜਾ ਵਾ ਲਖੀਮਪੁਰ ਦੇ ਵਿੱਚ ਕਿਸਾਨ ਕਰਨਗੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਚੱਲ ਕੇ ਆਏ ਨੇ, ਪ੍ਰਦੇਸ਼ਾਂ ਤੋਂ ਚੱਲ ਕੇ ਆਏ ਨੇ, ਦੂਜੀਆਂ ਸਟੇਟਾਂ ਤੋਂ ਚੱਲ ਕੇ ਆਏ ਨੇ। ਸਰ, ਪ੍ਰਸ਼ਾਸਨ ਤੁਹਾਨੂੰ ਲੱਗਦਾ ਵਾ ਵੀ ਜਿਹੜੀਆਂ ਮੰਗਾਂ ਤੁਸੀਂ ਰੱਖੀਆਂ ਨੇ ਉਹ ਕਿੰਨਾ ਕੁ ਮੰਨ ਲਏਗਾ? ਹੁਣ ਤੁਹਾਡੇ ਆਪ 75 ਘੰਟਿਆਂ ਦਾ ਤੁਸੀਂ ਮੋਰਚਾ ਲਾਇਆ ਵਾ, ਪ੍ਰਸ਼ਾਸਨ ਕਿੰਨੀਆਂ ਕੁ ਮੰਗਾਂ ਤੁਹਾਡੀਆਂ ਮੰਨ ਲਏਗਾ ਹੁਣ? ਦੇਖੋ, ਇਹ ਮਸਲਾ ਪੋਲੀਟੀਕਲ ਹੈ, ਸਮਝਣ ਦੀ ਗੱਲ ਇਹ ਆ, ਇਹ ਪ੍ਰਸ਼ਾਸਨਿਕ ਮਸਲਾ ਨਹੀਂ ਗਾ, ਕਿਉਂਕਿ SKM ਨੇ ਲੜਾਈ ਲੜੀ ਪੋਲੀਟੀਕਲ, 3 ਕਾਲੇ ਕਾਨੂੰਨ ਵਾਪਸ ਕਰਵਾਏ ਪੋਲੀਟੀਕਲੀ। ਅਸੀਂ ਕੋਰਟ ਨਹੀਂ ਗਏ, ਸਾਨੂੰ ਕਮੇਟੀ ਬਣਾ, ਕਮੇਟੀ 'ਚ ਨਹੀਂ ਗਏ, ਅਸੀਂ ਕਹਿੰਦੇ ਸੰਸਦ ਤੋਂ ਪਾਸ ਕੇ ਸੰਸਦ ਤੋਂ ਰੱਦ ਕਰਵਾਉਣੇ, ਸੰਸਦ ਤੋਂ ਰੱਦ ਕਰਵਾਏ। ਜਿਹੜਾ ਇਹ 4 ਸਾਡੇ ਯੋਧੇ ਅੰਦਰ ਹੈ, ਇਹ ਪੋਲੀਟੀਕਲੀ ਅੰਦਰ ਹੈ। ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ ਜਾਂ ਰਾਜਾ ਸਰਕਾਰ ਜਾਂ ਅਜੇ ਮਿਸ਼ਰਾ ਉਹ ਟੈਨੀ ਬਰਖਾਸਤ ਨਹੀਂ ਕਰਦੇ, ਜਾਂ ਮੋਦੀ ਅਮਿਤ ਸ਼ਾਹ ਨੂੰ ਇਹ ਵਹਿਮ ਨਹੀਂ ਹੁੰਦਾ ਵੀ 2024 ਦੇ ਵਿੱਚ ਮੇਰਾ ਰਿਪੀਟ ਹੋਣਾ ਔਖਾ ਹੈ, ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਸੌਖਾ, ਪਹਿਲੀ ਗੱਲ। ਦੂਜੀ ਗੱਲ, ਇੱਕ ਮੈਸੇਜ ਕਲੀਅਰ ਹੋ ਗਿਆ, ਜਿਵੇਂ ਦਿੱਲੀ ਦੇ ਵਿੱਚ ਲੋਕ ਵਿਧਾਨ ਸਭਾ ਦੀਆਂ ਵੋਟਾਂ 'ਤੇ ਪਾਉਂਦੇ ਆ ਕੇਜਰੀਵਾਲ ਨੂੰ, ਅਤੇ ਲੋਕ ਸਭਾ ਦੀ ਪਾਉਂਦੇ ਆ ਮੋਦੀ ਨੂੰ, ਯੂਪੀ 'ਚ ਕਲੀਅਰ ਹੋ ਗਿਆ। ਇੱਧਰ ਸਰਵੇ ਕਰਵਾਇਆ ਸੀਗਾ, ਪਤਾ ਲੱਗਿਆ ਵੀ ਯੋਗੀ ਨੇ ਕਾਫੀ ਗੈਂਗਸਟਰ ਅਤੇ ਕਾਫੀ ਗੁੰਡਾਗਰਦੀ ਵਾਲਾ ਕੰਮ ਖਤਮ ਕੀਤਾ, ਜਿਸ ਕਰਕੇ ਉਹ ਰਿਪੀਟ ਹੋਇਆ। ਅਤੇ ਪਰ ਮੋਦੀ ਨੇ ਜੋ ਹਾਲਾਤ ਕੀਤੇ ਕਿਸਾਨਾਂ ਦੇ ਪ੍ਰਦੇਸ਼ ਵਿੱਚ, ਮੋਦੀ ਨੇ ਅਗਰ ਇਸ ਮੁੱਦੇ ਨੂੰ ਹੱਲ ਨਾ ਕੀਤਾ ਜਾਂ ਨਾ ਕਰਵਾਇਆ ਯੋਗੀ ਦੇ ਥਰੂ, ਤੇ ਇਹ ਮੁੱਦਾ ਜਿਹੜਾ ਹੈਗਾ ਮੋਦੀ ਦੀਆਂ ਜੜ੍ਹਾਂ 'ਚ ਬਹਿਜੇਗਾ, ਉਹਦੇ ਜਿਹੜਾ ਤੇਲ ਪਏਗਾ। ਇਸ ਕਰਕੇ ਇਹ ਆਪਦਾ ਜ਼ੋਰ ਲਾਉਣਗੇ, ਅਸੀਂ ਆਪਦਾ ਜ਼ੋਰ ਲਾਵਾਂਗੇ, ਪਰ ਜਿੱਤ ਯਕੀਨੀ ਸਾਡੀ ਹੋਣੀ ਹੈ, ਸੰਯੁਕਤ ਕਿਸਾਨ ਮੋਰਚਾ ਦੀ ਹੋਣੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਲੜਾਈ ਕਾਫੀ ਲੰਬੀ ਚੱਲ ਰਹੀ ਆ, ਔਰ ਜਦੋਂ ਸੰਯੁਕਤ ਮੋਰਚੇ ਦੀ ਗੱਲ ਆਉਂਦੀ ਆ ਤੇ ਰਣਜੀਤ ਸਿੰਘ ਜੀ, ਮੈਂ ਇੱਕ ਗੱਲ ਹੋਰ ਵੀ ਮੇਰੇ ਮਨ ਦੇ ਵਿੱਚ ਇੱਕ ਆਉਂਦੀ ਹੈ ਵੀ ਜਦੋਂ ਸੰਯੁਕਤ ਮੋਰਚਾ ਬਣ ਗਿਆ ਵਾ ਤੇ ਫਿਰ ਬਾਕੀ ਜਿਹੜੇ ਵਿੱਚ ਵੱਖੋ ਵੱਖ ਸੰਸਥਾਵਾਂ ਨੇ ਆਪਣੀਆਂ ਸਾਡੀਆਂ ਜਥੇਬੰਦੀਆਂ ਨੇ, ਠੀਕ ਹੈ ਜੀ, ਤੇ ਸਾਰੀਆਂ ਇੱਕ ਕਿਉਂ ਨਹੀਂ ਹੋ ਜਾਂਦੀਆਂ? ਮਤਲਬ ਵੱਖੋ ਵੱਖ ਜਥੇਬੰਦੀਆਂ ਦਾ ਨਾਂ ਧਰਨਾ ਕਿਉਂ ਨਹੀਂ ਬੰਦ ਕਰ ਦਿੰਦੇ? ਅਸੀਂ ਸਾਨੂੰ ਹੋਰ ਜ਼ਿਆਦਾ ਮਜ਼ਬੂਤੀ ਨਾ ਮਿਲੇਗੀ ਇਸ ਚੀਜ਼ ਦੇ ਨਾਲ? ਦੇਖੋ, ਸਮਝਣ ਵਾਲੀ ਗੱਲ ਇਹ ਆ ਬਈ ਜਥੇਬੰਦੀਆਂ ਬਣੀਆਂ ਕਿਉਂ? ਜੇ ਵਿਚਾਰਧਾਰਾ ਅੱਡ ਸੀ ਤਾਂ ਇਹ ਬਣੀਆਂ। 3 ਵਿਚਾਰਧਾਰਾ ਕੰਮ ਕਰ ਰਹੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ, ਇੱਕ ਤਾਂ ਕਮਿਊਨਿਸਟ, ਇੱਕ ਜਿਹੜੇ ਸੀਗੇ ਰਾਸ਼ਟਰੀ ਕਿਸਾਨ ਮਹਾਂਸੰਘ ਵਾਲੇ ਹਿੰਦੂਵਾਦੀ RSS ਨਾਲ ਸੰਬੰਧਿਤ, ਇੱਕ ਸਾਡੇ ਵਰਗੇ ਸੰਗਠਨ ਸੀਗੇ ਜਿਹੜੇ ਆਜ਼ਾਦ ਸੀਗੇ। ਨਾ ਅਸੀਂ ਕਮਿਊਨਿਸਟ ਨੂੰ ਚੰਗਾ ਮੰਨਦੇ ਹਾਂ, ਨਾ ਅਸੀਂ ਕੈਪੀਟਲਿਸਟ ਨੂੰ ਚੰਗਾ ਮੰਨਦੇ ਹਾਂ, ਅਸੀਂ ਇੱਕ ਸੋਸ਼ਲ ਰਿਫੋਰਮ ਵਾਲੇ ਲੋਕ ਸੀਗੇ, ਅਸੀਂ ਉਹ ਸੀਗੇ। ਜਦੋਂ ਵੱਡਾ ਹਮਲਾ ਹੋਇਆ 3 ਵਿਚਾਰਧਾਰਾ ਇਕੱਠੀਆਂ ਹੋਈਆਂ, ਅਤੇ ਤੁਹਾਨੂੰ ਇੱਕ ਗੱਲ ਸਮਝ ਆ ਰਹੀ ਹੋਊਗੀ ਵੀ ਹੌਲੀ ਹੌਲੀ ਜਿਹੜੀ
ਕੱਟੜ ਸੋਚ ਸੀਗੀ ਕਮਿਊਨਿਜ਼ਮ ਦੀ, ਉਹ ਕਿਤੇ ਨਾ ਕਿਤੇ ਥੋੜ੍ਹਾ ਡੈਂਟ ਲੱਗਿਆ, ਉਹ ਥੋੜ੍ਹਾ ਥੱਲੇ ਢਲਿਆ ਗਿਆ। ਇਹ ਇੱਕ ਸੰਯੁਕਤ ਕਿਸਾਨ ਮੋਰਚਾ ਦੀ ਜੇਤਾ ਅਚੀਵਮੈਂਟ ਹੈ। ਪਰ ਸੋਹਣਾਪਣ ਕੀ ਆ? ਸੋਹਣਾਪਣ ਹਰੇਕ ਚੀਜ਼ ਦੇ ਨੈਗੇਟਿਵ ਪੋਜ਼ਿਟਿਵ ਪੁਆਇੰਟ ਹੁੰਦੇ ਆ। ਅਗਰ ਸੰਯੁਕਤ ਕਿਸਾਨ ਮੋਰਚਾ ਦਾ ਇੱਕ ਝੰਡਾ ਹੋ ਗਿਆ, ਇੱਕ ਥੱਲੇ ਆ ਗਏ, ਤਾਂ ਕੰਪੀਟੀਸ਼ਨ ਖਤਮ ਹੋ ਜੂਗਾ। ਹੁਣ ਇੱਥੇ ਦੇ ਬੰਦੇ ਲੈ ਕੇ ਆਏ ਆ, ਸਾਡਾ ਕੰਪੀਟੀਸ਼ਨ ਸੀ ਕਿਹੜੀ ਜਥੇਬੰਦੀ ਜ਼ਿਆਦਾ ਬੰਦੇ ਲੈ ਕੇ ਜਾਂਦੀ ਆ। ਇਹ ਸੋਹਣਾਪਣ ਹੈ ਇਹਦਾ, ਇਸ ਕਰਕੇ ਕੰਪੀਟੀਸ਼ਨ ਹੋਣਾ ਬਹੁਤ ਜ਼ਰੂਰੀ ਆ। ਹਾਂ, ਇਹ ਏਕਤਾ ਦੇ ਵਿੱਚ ਅਨੇਕਤਾ ਵਾਲੀ ਗੱਲ ਆ, ਜਿਵੇਂ ਨਾ ਕਹਿਣ ਨੂੰ ਇਹਨੂੰ ਸਮੇਟ ਸਕਦੇ ਹਾਂ। ਮੇਰਾ ਕਰਨਾ ਮਤਲਬ ਇਹ ਵੀ ਇਹ ਚੀਜ਼ ਨੂੰ ਵੀ ਸਮਝਣਾ ਜ਼ਰੂਰੀ ਆ। ਇਹ ਜਿਹੜਾ ਕਨਸੈਪਟ ਆ ਨਾ, ਵੇਖੋ ਇਹ ਮਾੜਾ ਵੀ ਆ, ਚੰਗਾ ਵੀ ਆ, ਜਿਵੇਂ ਤੁਹਾਨੂੰ ਇੱਕ ਨੈਗੇਟਿਵ ਪੱਖ ਹੈ, ਪੋਜ਼ਿਟਿਵ ਪੱਖ, ਹਰ ਇੱਕ ਚੀਜ਼ ਦਾ ਹੁੰਦਾ ਵਾ। ਅਤੇ ਚਲੋ ਠੀਕ ਆ, ਸੰਯੁਕਤ ਮੋਰਚੇ ਨੂੰ ਮੈਂ ਚਾਹੁੰਦਾ ਵਾ ਵੀ ਹੋਰ ਮਜ਼ਬੂਤ ਹੋਏ, ਪਰ ਤੁਹਾਡੇ ਜਥੇਬੰਦੀਆਂ ਦੇ ਕੁਛ ਲੋਕ ਜਿਹੜੇ ਆ ਉਹ ਆਪਸ ਦੇ ਵਿੱਚ ਜਦੋਂ ਇੱਕ ਦੂਜੇ ਉੱਤੇ ਕਰਦੇ ਨੇ, ਟੀਕਾ ਟੱਪੀ ਕਰਦੇ ਨੇ, ਚੁੱਕਣ ਚੁੱਕਣਾ ਸ਼ੁਰੂ ਕਰਦੇ ਨੇ, ਜਾਂ ਕੋਈ ਸਾਡੇ ਵਰਗਾ ਉਹਨਾਂ ਨੂੰ ਸਵਾਲ ਕਰ ਲੈਂਦਾ ਵਾ, ਉਹ ਫਿਰ ਸਾਡੇ ਵਰਗਿਆਂ ਨੂੰ ਵੀ ਟੈਗ ਦੇਣਾ ਸ਼ੁਰੂ ਕਰ ਦਿੰਦੇ ਨੇ ਵੀ ਤੁਸੀਂ ਸਰਕਾਰੀ ਹੋ, ਫਲਾਣਾ ਧਮਕਾ। ਮਤਲਬ ਇਹ ਚੀਜ਼ ਨੂੰ ਵੀ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਰਿਡਿਊਸ ਕਰਨਾ ਚਾਹੀਦਾ ਵਾ, ਥੋੜ੍ਹਾ ਜਿਹਾ ਆਪਸ ਦੇ ਵਿੱਚ ਵੀ ਤੁਹਾਨੂੰ ਇੱਕ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਦੇਖੋ, ਸੰਯੁਕਤ ਕਿਸਾਨ ਮੋਰਚਾ ਬਣਿਆ ਸੀਗਾ ਇੱਕ ਜ਼ਰੂਰਤ, ਅਤੇ ਸੰਯੁਕਤ ਕਿਸਾਨ ਮੋਰਚਾ ਨੂੰ ਬਣਾਉਣ ਵਿੱਚ ਮੇਰੀ ਰਾਜਸਥਾਨ ਵੱਲੋਂ ਅਹਿਮ ਭੂਮਿਕਾ ਹੈ, ਸਾਰੇ ਸੰਗਠਨਾਂ ਨੂੰ ਇਕੱਠਾ ਕਰਨ 'ਚ। ਅਗਲੀ ਗੱਲ ਇਹ ਆ ਵੀ ਉਦੋਂ ਐਮਰਜੈਂਸੀ ਸੀਗੀ, ਐਮਰਜੈਂਸੀ ਵਿੱਚ ਸਾਰੇ ਇਕੱਠੇ ਕੀਤੇ ਆ ਗਏ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਅਚੀਵਮੈਂਟ ਕਰ ਲਈ, ਅਚੀਵਮੈਂਟ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਡੈਂਟ ਲੱਗਿਆ ਵੀ ਆ, ਪਰ ਜਿਹੜੇ ਲੜਨ ਵਾਲੇ ਲੋਕ ਸੀਗੇ, ਇੱਕ ਦਰਿਦ ਲੋਕ ਸੀਗੇ, ਉਹ ਇਸ ਮੰਚ 'ਤੇ ਬੈਠੇ ਆ, ਅਤੇ ਜੇ ਡੈਂਟ ਪਾਉਣ ਵਾਲੇ ਉਹ ਅਲੱਗ ਹੋ ਗਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਖਤਾਈ ਵੀ ਹੋਏਗੀ, ਕੋਈ ਅਨੁਸ਼ਾਸਨ ਨਹੀਂ ਟੱਕਰੇਗਾ, ਉਹਦੇ ਕਾਰਵਾਈ ਕੀਤੀ ਜਾਏਗੀ। ਇੱਕ ਛੋਟਾ ਜਿਹਾ ਕਾਮਨ ਮਿਨੀਮਮ ਪ੍ਰੋਗਰਾਮ ਸਾਰੇ ਜਥੇਬੰਦੀ ਬਣਾ ਕੇ ਇੱਕ ਸੰਵਿਧਾਨ ਤੈਅ ਕੀਤਾ ਜਾਊਗਾ, ਤਾਂ ਕਿ ਉਹਦੇ ਅਕੋਰਡਿੰਗ ਚੱਲਿਆ ਜਾਏ। ਪਰ ਪਰਿਵਾਰ ਏਡਾ ਵੱਡਾ ਹੈ, ਪਾਂਡੇ ਤਾਂ ਖੜਕਦੇ ਰਹਿੰਦੇ ਆ, ਮਾੜਾ 19 ਕੀ ਚੱਲਦਾ ਨਾ, ਚੱਲਣਾ ਚਾਹੀਦਾ ਵੀ, ਕੋਈ ਖਾਸ ਗੱਲ ਨਹੀਂ ਗੀ। ਸਰ ਟੀਚਾ ਕਲੀਅਰ ਹੋਣ, ਮੈਨੂੰ ਕੋਈ ਨਹੀਂ ਚੰਗਾ ਲੱਗਦਾ, ਪਰ ਉਹਨੂੰ ਮੋਦੀ ਮਾੜਾ ਲੱਗਦਾ, ਮੁੱਦਾ ਮਾੜਾ ਲੱਗਦਾ, ਦੈਟਸ ਇਟ, ਸਾਡੀ ਜਿੱਤੇ। ਮੈਂ ਬਿਲਕੁਲ ਖੁਸ਼ੀ ਹੋਈ ਆ, ਭਾਂਡੇ ਖੜਕਦੇ ਰਹਿੰਦੇ ਨੇ, ਪਰ ਇੱਕ ਟ੍ਰੈਂਡ ਜਿਹਾ ਨਾ ਨਵਾਂ ਹੀ ਵੇਖਿਆ ਵਾ, ਨਵਾਂ ਕਿ ਕਾਫੀ ਪੁਰਾਣਾ ਚੱਲਦਾ ਆ ਰਿਹਾ ਵਾ, ਵੇਖੋ ਜਿਹੜਾ ਜਿਹਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਠੀਕ ਹੈ ਜੀ, ਉਹਨੂੰ ਤੁਸੀਂ ਸਰਕਾਰੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹੋ। ਮਤਲਬ ਹਰ ਬੰਦਾ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਜਿਵੇਂ ਮੈਂ ਵਾ, ਮੇਰਾ ਕੋਈ ਵਿਰੋਧੀ ਉਹਨੂੰ ਮੈਂ ਕਹਾਂਗਾ ਜੀ ਆਰ ਐਸ ਐਸ ਦਾ ਬੰਦਾ ਵਾ, ਜਾਂ ਮੈਂ ਕੋਈ ਉਹਦੇ ਵਿਰੋਧੀ ਆ ਉਹ ਮੈਨੂੰ ਆਰ ਐਸ ਐਸ ਦਾ ਬੰਦਾ। ਗੱਲ ਵੀ ਹੈ ਕਿ ਅਸੀਂ ਇੱਕ ਦੂਜੇ ਦੇ ਉੱਤੇ ਯਕੀਨ ਕਰਨਾ ਬੰਦ ਕਰਤਾ ਵੀ ਇਹ ਵਾਕਿਆ ਹੀ ਇਹ ਲੜ ਰਿਹਾ ਵਾ, ਸਮਾਜ ਵਾਸਤੇ ਲੜ ਰਿਹਾ, ਕਿਸਾਨਾਂ ਵਾਸਤੇ, ਤੁਸੀਂ ਲੜਾਈ ਲੜ ਰਹੇ ਹੋ, ਤੁਹਾਡਾ ਜਿਵੇਂ ਕਿ ਵਿਚਾਰਧਾਰਾ ਆਪਣੀ ਹੈ, ਤੁਸੀਂ ਲੜ ਰਹੇ ਹੋ, ਤੁਹਾਡੀ ਤੁਸੀਂ ਪਰ ਕਮਿਟਮੈਂਟ ਹੋ, ਤੁਸੀਂ ਆਪਣੇ ਲੋਕਾਂ ਵਾਸਤੇ, ਆਪਣੇ ਕਿਸਾਨਾਂ ਵਾਸਤੇ, ਠੀਕ ਹੈ ਜੀ। ਅਤੇ ਦੂਜਾ ਬੰਦਾ ਆਣ ਕੇ ਕੱਲ੍ਹ ਨੂੰ ਤੁਹਾਨੂੰ ਕਹਿਣ ਲੱਗ ਪਏ ਜੀ ਨੇ ਇਹ ਸਰਕਾਰੀ ਬੰਦਾ ਵਾ, ਠੀਕ ਹੈ, ਤੁਹਾਡੀ ਵਿਚਾਰ ਨੂੰ ਨਾ, ਇਹ ਇੱਕ ਟ੍ਰੈਂਡ ਜਿਹੜਾ ਚੱਲ ਰਿਹਾ ਵਾ, ਇੱਕ ਜਿਹੜੀ ਮਨ ਭਾਵਨਾ ਜੀ ਚੱਲ ਰਹੀ ਹੈ ਇੱਕ ਤਰ੍ਹਾਂ, ਵੀ ਹਰ ਬੰਦੇ ਨੂੰ ਜਿਹੜਾ ਤੁਹਾਡਾ ਵਿਰੋਧੀ ਆ, ਜਿਹਨਾਂ ਤੁਹਾਨੂੰ ਥੋੜ੍ਹੀ ਜਿਹੀ ਵਿਚਾਰ ਨਾਲ ਉਹਨੂੰ ਆਰ ਐਸ ਐਸ ਦਾ ਸਿੱਧ ਕਰ ਦਿਓ, ਠੀਕ ਹੈ ਜੀ, ਉਹਨੂੰ ਦੱਸ ਦਿਓ ਵੀ ਇਹ ਸਰਕਾਰੀ ਬੰਦਾ ਵਾ। ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਜ਼ਰੂਰੀ ਆ, ਕਿਉਂਕਿ ਸੰਯੁਕਤ ਚੀਜ਼ ਤਾਂ ਹੀ ਰਹਿੰਦੀ ਆ, ਕਿਉਂਕਿ ਜਿਹੜੀ ਇਹ ਚੀਜ਼ਾਂ ਨੇ ਇਹਨਾਂ 'ਤੇ ਵਰਕ ਹੋਣਾ ਚਾਹੀਦਾ ਵਾ। ਦੇਖੋ ਸਾਥੀ, ਤੇਰੀ ਚਿੰਤਾ ਵਾਜਬ ਹੈ, ਤੂੰ ਦਿਲੋਂ ਜੁੜਿਆ ਮੋਰਚੇ ਨਾਲ, ਤਾਂ ਤੈਨੂੰ ਚਿੰਤਾ ਹੋ ਰਹੀ ਹੈ, ਪਰ ਮੈਂ ਕਿਸੇ ਨੂੰ ਚੋਰ ਕਹਿੰਦਾ, ਮੇਰੇ ਕਹਿੰਦਾ ਚੋਰ ਨਹੀਂ ਬਣਦਾ, ਪਰ ਜੇ ਮੇਰਾ ਵਿਹਾਰ ਚੋਰਾਂ ਵਾਲਾ ਹੋਊਗਾ, ਕਹਿਣ ਦੀ ਲੋੜ ਨਹੀਂ, ਠੀਕ ਹੈ ਨਾ। ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਦਾ, ਮੈਂ ਪਿਛਲੀ ਇੱਕ ਮਿੰਟ ਪਹਿਲਾਂ ਕਿਹਾ ਕਿ ਹਟਿਆ ਵੀ ਸੰਯੁਕਤ ਕਿਸਾਨ ਮੋਰਚਾ ਵਕਤ ਦੀ ਜ਼ਰੂਰਤ ਤੋਂ ਬਣਿਆ ਸੀਗਾ। ਹੁਣ ਇਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਲੰਬੇ ਸਮੇਂ ਮੀਟਿੰਗਾਂ ਨਹੀਂ ਹੋਈਆਂ, ਦੋ ਮੀਟਿੰਗਾਂ ਹੋਈਆਂ ਸਾਰੀਆਂ, ਇੱਕ 3 ਤਰੀਕ ਨੂੰ ਹੋਈ ਸੀਗੀ, ਉਸ ਤੋਂ ਪਤਾ ਪ੍ਰੋਗਰਾਮ ਲਿਖਿਆ ਗਿਆ। ਇਸ ਪ੍ਰੋਗਰਾਮ ਨੇ ਕੇਂਦਰ ਸਰਕਾਰ ਨੂੰ ਵੀ ਅਤੇ ਰਾਜ ਸਰਕਾਰਾਂ ਨੂੰ ਵੀ ਇਹ ਮੈਸੇਜ ਦੇ ਤਾ ਵੀ ਸੰਯੁਕਤ ਕਿਸਾਨ ਮੋਰਚੇ ਤਾਕਤ ਓਨੀ ਆ। ਪਹਿਲਾਂ ਤਾਂ ਪੰਜਾਬ ਤੋਂ 400 ਕਿਲੋਮੀਟਰ ਦੂਰ ਸੀਗੇ, ਅੱਜ 1100 ਕਿਲੋਮੀਟਰ ਚੱਲ ਕੇ ਆਇਆ ਮੈਂ, ਅੱਜ 900 ਕਿਲੋਮੀਟਰ ਤੋਂ, 1100 ਤੋਂ, 1600 ਕਿਲੋਮੀਟਰ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਚੱਲਿਆ ਅਤੇ ਨੇਪਾਲ ਬਾਰਡਰ ਦੇਖਣਾ ਹੈ, ਇਹ ਇੱਕ ਮੈਸੇਜ ਦੇ ਤਾ। ਹੁਣ ਅਗਲੀਆਂ ਮੀਟਿੰਗਾਂ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹਨਾਂ 'ਤੇ ਸਖਤਾਈ ਕੀਤੀ ਜਾਊਗੀ, ਉਹਨੂੰ ਏਜੰਡੇ 'ਤੇ ਲਿਆਇਆ ਜਾਊਗਾ, ਉੱਥੇ ਕਾਰਵਾਈ ਕੀਤੀ ਅਗਰ ਕੋਈ ਗੜਬੜ ਕਰਦਾ ਤਾਂ। ਬਿਲਕੁਲ, ਮੈਂ ਆਸ ਕਰਦਾ ਵਾਂ ਕਿ ਸੰਯੁਕਤ ਮੋਰਚਾ ਹੋਰ ਮਜ਼ਬੂਤ ਹੋ ਕੇ ਨਿਕਲੇ, ਔਰ ਜਿਹੜੇ ਆਪਸ ਦੇ ਵਿੱਚ ਇੱਕ ਛੋਟੀ ਛੋਟੀ ਚੀਜ਼ ਦੇ ਦਿੱਤੋ, ਜਿਹੜਾ ਚੀਜ਼ ਚੋਰ ਚਲੋ ਸਾਬਿਤ ਹੋ ਜਾਂਦਾ, ਉਹਨੂੰ ਤਾਂ ਕਹਿਣ ਦੀ ਦੱਸਣ ਦੀ ਲੋੜ ਹੀ ਨਹੀਂ, ਉਹ ਤਾਂ ਸਾਰਿਆਂ ਦੇ ਸਾਹਮਣੇ ਆ ਜਾਂਦਾ ਵਾ। ਧੰਨਵਾਦ ਜੀ ਰਣਜੀਤ ਸਿੰਘ ਜੀ, ਤੁਹਾਨੂੰ ਸਾਡੇ ਨਾਲ ਗੱਲਬਾਤ ਕੀਤੀ ਹੈ, ਔਰ ਮੈਂ ਆਸ ਕਰਦਾ ਕਿ ਪਰਮਾਤਮਾ ਸੰਯੁਕਤ ਮੋਰਚੇ ਨੂੰ ਹੋਰ ਬਲ ਬਖਸ਼ੇ, ਔਰ ਜਿਹੜੇ ਇਹਦੇ ਵਿੱਚ ਕਮੀਆਂ ਘਾਟਾਂ ਪੂਰੀਆਂ ਕਰੇ, ਪਰ ਇੱਕ ਮੈਂ ਕਹਾਂਗਾ ਵੀ ਇਹ ਵੀ ਕਹਾਂਗਾ ਸਦਬੁੱਧੀ ਵੀ ਦਏ ਜਿਹੜੇ ਇਹਦੇ ਵਿੱਚ ਨੇ, ਕਿਉਂਕਿ ਵੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਹੋਂਦ ਬਚਾਉਣ ਦੀ, ਕਿਸਾਨੀ ਦੀ ਹੋਂਦ ਬਚਾਉਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੀਆਂ ਨਸਲਾਂ ਦੀ ਹੋਂਦ ਬਚਾਉਣ ਦੀ ਗੱਲ ਕਰਦੇ ਹਾਂ, ਵਜੂਦ ਬਚਾਉਣ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਉਹਦੀ ਸ਼ਰਤ ਇੱਕ ਹੀ ਹੁੰਦੀ ਆ, ਉਹਨੂੰ ਸਮਝਣਾ ਪੈਣਾ ਵਾ ਕਿ ਸਭ ਤੋਂ ਪਹਿਲਾਂ ਸਾਨੂੰ ਆਪਣਾ ਵਜੂਦ ਖਤਮ ਕਰਨਾ ਪੈਣਾ, ਆਪਣੀ ਹੋਂਦ ਖਤਮ ਕਰਨੀ ਪੈਣੀ। ਆਪਣੇ ਵਜੂਦ ਖਤਮ ਕਰਨ ਤੋਂ ਭਾਵ ਮੇਰਾ ਇਹ ਆ ਕਿ ਸਾਡੇ ਅੰਦਰ ਜਿਹੜੀ ਇੱਕ ਦੂਜੇ ਦੀ
बाकी ये मोर्चा जनता का मोर्चा है। मैं हमेशा कहा कि जनता के प्रैशर के लीडर कटे आ, तो जनता तो अज भी प्रैशर है, लीडर अड नहीं हो सकता, जो अड होगा वो खराब होगा। जय जवान जय किसान जय जनता जय संघर्ष। धन्यवाद जी, बहुत बहुत तुम वेख रहे हो साढ़े रणजीत सिंह जी सन राजस्थान तो गलबात की, इन्होंने होर भी गलबात करावे, होर भी शख्सियत पहुंचा। धन्यवाद।